ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨਮ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਅਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਜੀ, ਤੁਸੀਂ ਸੁਣਾਓ? ਵਧੀਆ ਚਾਹੀਦਾ। ਅੱਜ ਦੋ ਮੱਝਾਂ ਅਤੇ ਇੱਕ ਗਾਂ ਜੀ। ਚਲੋ ਪਹਿਲਾਂ ਫਿਰ ਆਹੀ ਝੋਟੀ ਤੋਂ ਸ਼ੁਰੂਆਤ ਕਰ ਲਈਏ ਆਪਾਂ। ਠੀਕ ਹੈ ਤੇ ਦੱਸੀਏ ਇਹਦੇ ਬਾਰੇ ਫਿਰ ਆਪਾਂ। ਦੇਖੋ ਵੀਰ ਜੀ, ਦੁੱਧ ਹੋਊਗਾ 7 ਕਿਲੋ। ਹਾਂਜੀ, 6.5 ਕਿਲੋ ਦੀ ਗੱਡੀ ਆ। ਠੀਕ ਆ, ਲੀਟਰ ਮਾਰ ਕੇ ਦੂਜੇ ਮਹੀਨੇ ਦੀ 6 ਤਰੀਕ ਦੀ ਬਣੀ ਜੀ। ਚੈੱਕ ਪਾਸ ਆ? ਨਾ ਨਾ, ਜਿਹਨਾਂ ਕੋਲ ਲਈ ਨਾ ਦੱਸਿਆ, ਚੈੱਕ ਕਰਾਉਣੀ ਹੈ ਤਾਂ ਮੈਂ ਕਰਾਈ ਹੈ। ਮੰਨ ਲਓ ਦਿਨ ਘੱਟ ਹੈ ਨਾ। ਅੱਛਾ, ਮੰਨ ਲਓ ਦੂਜੇ ਦੀ 6 ਤਰੀਕ ਬਣੀ ਹੈ, ਮੰਨ ਲਓ ਇਹ 35-36 ਦਿਨ ਹੋ ਗਏ। ਠੀਕ ਹੈ, ਹਾਂ ਇਹ ਦਿਨ ਪੂਰੇ 40 ਦਿਨ ਚੈੱਕ ਹੋ ਗਏ 50 ਦੀਆਂ ਦੀ। ਠੀਕ ਹੈ, ਦੱਸਣਾ ਆਪਾਂ ਜਿਹੜੇ ਵੀਰ ਨੇ ਸਾਨੂੰ ਦੱਸੀ, ਆਪਾਂ ਦੱਸ ਕੇ ਦੇਣੀ। ਹਾਂਜੀ ਹਾਂਜੀ, ਇਹ ਗੱਲ ਆ ਕੱਟਾ ਮਗਰ ਜਿਹਾ। ਤੇ ਆਹ ਕੀ? ਬਾਕੀ ਆ ਕਿ ਝੋਟੀ ਸੋਹਣੀ ਆ ਉਸ ਤਰ੍ਹਾਂ, ਤੇ ਕੱਦ ਕੱਠ ਪਿੱਠ ਪੁੜੇ ਤਾਂ ਜਿਹੜੀ ਠੀਕ ਆ। ਮੋਕੇ ਦੇ ਦੁੱਧ ਜਿਹੜਾ 6-7 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਉਹ ਭਾਈ, ਦੱਸਾਂ ਕਿ ਟੋਕਣ ਡੰਗਰ ਆ। ਹਾਂਜੀ, ਕਈ ਵੀਰ ਕਾਲੇ ਪੈ ਜਾਂਦੇ ਆ। ਹਾਂਜੀ, ਟੋਕਣ ਡੰਗਰ ਇਹ ਕਿਹੜੇ ਨਾੜੂ ਦੇ ਬੱਚਾ ਵਾ, ਕਿਸੇ ਡੰਗਰ ਉੱਪਰ ਮਾੜਾ ਮਾੜਾ ਟੋਕਣ ਤੇ ਕਰਦੇ ਕਰਦੇ ਜਾ ਕੇ। ਹਾਂਜੀ ਹਾਂਜੀ, ਇਹ ਮੇਰਾ ਵੀ ਸੋਚਿਆ ਕਰ, ਟੋਕੜ ਹੈ ਨਾੜੂ ਦੇ, ਗਿੱਲੇ ਨਾੜੂ ਦੇ ਨਾ ਬੱਚਾ। ਹਾਂਜੀ, ਉਹ ਜਾਂਦੇ ਮਿਲ ਪੈਂਦੇ ਆ। ਹਾਂਜੀ, ਤੁਹਾਨੂੰ ਪਤਾ ਟੋਕਣ ਡੰਗਰ ਫਿਰ ਕਿਸੇ ਉੱਪਰ ਸਾਡੇ ਕੋਲ ਆਈਆਂ ਗਾਂ ਗਈਆਂ, ਕਿਸੇ ਕਰਦਾ ਕਰਦਾ। ਹਾਂਜੀ ਹਾਂਜੀ, ਮੇਰੇ ਵੀਰ ਹੌਸਲਾ ਕਰਦੇ, ਦਿਹਾਈ ਡੰਗ ਵੇਖਿਆ ਕਰ ਕੀ ਕਰਦਾ ਡੰਗਰ। ਠੀਕ ਹੈ, ਇਹਦੇ ਵਾਧਾ ਘਟਾ ਹੋ ਜਾਂਦਾ ਵਾ। ਠੀਕ ਹੈ ਜੀ, ਕਈ ਵਾਰੀ ਜਿਹੜਾ ਵਾ ਉੱਚੇ ਬੱਚੇ ਵਾਲਾ ਪਸ਼ੂ ਹੁੰਦਾ ਵਾ, ਕਈ ਵਾਰੀ ਜਾ ਕੇ ਮਿਲਣ 'ਚ ਵਾਧਾ ਘਾਟਾ ਥੋੜ੍ਹਾ ਕਰ ਜਾਂਦਾ। ਬਾਕੀ ਇਹ ਕਿ ਤੁਹਾਡੇ ਘਰੇ ਕੋਈ ਤਸੱਲੀ ਕਰਕੇ ਲੈ ਜੇ, ਤੁਹਾਡੇ ਘਰੇ ਕੋਈ ਸਮਾ ਕੇ ਚੋਕ ਲੈ ਤੇ ਬੱਚੇ ਨਾਲ ਹੀ ਕੱਟਾ ਮਗਰ ਬੱਚੇ ਦੇ ਚੋਲੀ ਦੇ ਭਾੜੇ ਨਾਲ ਚੋਲੀ ਦਿਓ। ਤੇ ਇਹਦਾ ਮੁੱਲ ਇਹਦਾ ਮੁੱਲ ਭਾਜੀ 52,000 ਆ। 52,000 ਆ, ਦੇਣੀ ਕਿੰਨੇ ਦੀ ਆਪਾਂ? ਚੋਣ ਚ ਕੋਈ ਪੂਰ ਛੱਟਾ ਥਾਣ ਘਾੜ ਵਾ ਤੋ ਜੋ ਮੇਰੀ ਆਪਣੀ ਸਾਰੀ। ਠੀਕ, ਥਾਣੇ ਵੀ ਤੇ ਲੱਗ ਰਿਹਾ ਤੁਹਾਨੂੰ ਦਿਖਾ ਦਈਏ। ਹਾਂਜੀ, ਉੱਥੇ ਜਗ੍ਹਾ ਜਿਹੜੀਆਂ ਬੱਜੀਆਂ ਰਹਿੰਦੀਆਂ। 6 ਕਿਲੋ ਲੀਟਰ ਮਾਰ ਕੇ ਦੁੱਧ ਹੋਊਗਾ ਜੀ। ਅੱਛਾ, ਹਾਂ ਠੰਡਾ 6 ਕਿਲੋ। ਠੀਕ ਆ, ਬਾਕੀ ਇਹ ਕਿ ਥੋੜਾ ਇਹ ਕੱਚੀ ਜਗ੍ਹਾ ਤੇ ਬੱਜੀ ਦੀ ਡੰਗ ਚ ਸਾਫ਼ ਹੋ ਜਾਣਾ ਇਹਨੇ ਪੂਰੀ। ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਫਿਰ ਵੀ। ਕਿੰਨਾ ਕਿੰਨੇ ਚਿਰ ਦੇ ਚੈੱਕ ਪਾਸ ਦੱਸੀ ਜੇ ਵਿੱਚ? ਨਹੀਂ ਭਾਈ, ਚੈੱਕ ਪਾਸ ਜੇ ਜਿਹੜਾ ਮਰਜੀ ਆਪਣ ਡਾਕਟਰ ਲਿਆ ਚੈੱਕ ਕਰਾਉਣ। ਦੁੱਧ ਇਹ ਨਹੀਂ ਆਵੇਂ 12-13 ਕਿਲੋ ਵਾਲੀ ਆ। ਹਾਂਜੀ, 16-15-16 ਕਿਲੋ ਦੁੱਧ ਮੱਝ ਭਾਦੀ ਦੀ ਆ। ਠੀਕ ਆ, ਹਾਂ ਹਜੇ ਵੀ ਦੁੱਧ ਸ਼ਾਮ ਨੂੰ ਬਾਹਰ ਹੀ ਹੋ। 6 ਕਿਲੋ ਤੋਂ ਬਾਹਰ ਦੁੱਧ ਜਿਹੜਾ ਇਹਦੇ ਕੋਲ ਦੱਸਤੇ। ਵੱਡੀ ਆ ਨਹੀਂ ਭਾਈ, ਛੋਟੀ ਨਿੱਕੀ ਜੀ ਮੱਝ ਆ। ਤੇ ਇਹਦਾ ਮੁੱਲ? ਇਹ ਵੀ ਭਾਈ ਦਵਾਂ 54,000 ਦੀ। 54,000 ਦੀ ਹੋਰ ਮੌਕੇ ਤੇ ਕਰਦਾ ਮਾਨਤਾ ਨਾ? ਹੋਰ ਹੋ ਜੂ ਭਾਈ ਮੌਕੇ ਦੇ। ਕਿੰਨਾ? ਇੱਕੋ ਜਿਹਾ ਬਰਾਬਰ ਦੇ ਦਿਆ ਜਿਹੜੀ ਮਰਜ਼ੀ। ਅੱਛਾ, 50 ਦੀ ਉਹ, 50 ਦੀ ਉਹ। ਠੀਕ ਹੈ ਜੀ, ਹਾਂ 50 ਜੋ ਛੋੜੀ ਭਾਈ, 150 ਵਾਲੀ ਜ਼ਿਆਦਾ ਵਾਲਾ ਕੰਮ ਨਹੀਂਗਾ। ਠੀਕ ਹੈ, ਆ ਮੈਂ ਆਪ ਮੱਝ ਆਪ ਹੀ ਲਈਏ ਤੇ ਕੋਈ 50-500 ਵਾਲਾ ਕੰਮ ਹੀ ਜ਼ਿਆਦਾ ਕਹਿ ਦਿਆ। ਠੀਕ ਹੈ ਜੀ, ਵੱਡੀ ਮੱਝ ਆ, ਦੁੱਧ ਹੁਣ ਵੀ ਹੈਗਾ ਇਸੋ। ਠੀਕ ਹੈ, ਤੇ ਆ ਗਾਂ ਵੀ ਬੱਚੇ ਤੋਂ ਬਿਨਾਂ ਜੇ? ਇਹ ਬੱਚੇ ਤੋਂ ਬਿਨਾਂ ਜੀ। ਕਿੰਨਾ ਜਿਹੜੇ ਕੋਲ ਦੁੱਧ? ਬਿਲਕੁਲ ਦੁੱਧ ਤੇ ਹੈਗਾ ਭਾਈ 12 ਕਿਲੋ, ਮੇਰੇ ਕੋਲ ਪਰਸੋਂ ਹੀ ਆਈ ਜੀ। ਠੀਕ ਆ, ਸਾਡੇ ਮਾਲਕ ਨੇ ਯਕੀਨ ਨਹੀਂ ਲਾਇਆ। ਠੀਕ ਆ, ਹੁਣ ਇਹ ਕੋ ਦੁੱਧ ਹੋਊਗਾ 8 ਕਿਲੋ। ਠੀਕ ਆ, ਹਾਂਜੀ ਤੋਰਾਂ ਫਿਰ ਇਹਨੂੰ। ਹਾਂ, ਇਹਨੇ ਸਾਡੇ ਕੋਲ ਦਿਨ ਹੀ ਲਾਇਆ।
ਇੱਕ ਨਾ ਰਹੀ ਖੁੱਲੀ ਉਹਨਾਂ ਕੋਲ ਸਾਡੇ 16,000 ਦੀ ਵਿੱਚੋਂ ਛੋਟ ਛੜ ਕਰ ਦੋਗੇ ਤੁਸੀਂ 500 ਛੋੜ ਹੀ ਕਰ ਦਾਂਗੇ ਠੀਕ ਆ ਮੌਕੇ ਦੇ ਹੋਏ ਮਾਨਤਾਂ ਹੋ ਜਾਊਗਾ ਚੋ ਚਵਾ ਕੇ ਖੜੇ ਦੁੱਧ 12 ਕਿਲੋ ਪਰ ਸਾਡੇ ਕੋ ਦੇ ਨਹੀਂ ਲਾਇਆਂਗੇ ਠੀਕ ਆ ਜੀ ਇਹ ਖੁੱਲੀ ਉਹਨਾਂ ਕੋਲ ਹਾਂਜੀ ਹਾਂਜੀ ਅਸੀਂ ਰਸੇ ਨੂੰ ਸਹੀ ਪਾਣੀ ਦੇ ਦੂ ਤੇ ਠੀਕ ਆ ਵੀਰ ਕੁਛ ਕਹਣਾ ਬਹੁਤ ਮਿਹਰਬਾਨੀ ਬਾਕੀ ਆਪਣੀ ਚੋ ਚਵਾ ਕੇ ਖੜਨਾ ਤਸੱਲੀ ਕਰਕੇ ਖੜਨਾ ਬਸ ਉਹ ਮਾਝਿਆ ਕੱਟਾ ਦੇ ਮਗਲੇ ਕੱਟੇ ਦੀ ਚੋਲੀ ਦੀ ਤੇ ਭਾੜੀ ਦੀ ਚੋਲੀ ਦੀ ਜੋ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਚੈੱਕ ਪਾ ਦੇ ਲਗਾ ਮੇਰੀ 5 ਦਿਨ ਦਾ ਗਰੰਟੀ ਜੇ ਅੱਛਾ 5 ਦਿਨ ਬਾਅਦ ਕੋਈ ਵੀਰ ਕਵੇ ਭਾਜੀ ਉਦਾਂ ਇਹਨਾਂ ਆਪਣੀ ਚੈੱਕ 5 ਦਿਨ ਕਰ 5 ਦਿਨਾਂ ਦੇ ਵਿੱਚ ਜੋ ਵੀ ਆ ਦੱਸ ਦੇ ਚੈੱਕ ਕਰਾ ਕੇ 10 ਦਿਨ ਚ ਖਾਲੀ ਨਿਕਲੇ ਲੱਦ ਗਿਆ ਬ ਲੈ ਆਉਣ ਠੀਕ ਹੈ ਵਾਪਸ ਠੀਕ ਹੈ ਇੱਕ ਸੂਣ ਵਾਲੀ ਉਹ ਹੈਗੀ ਹੈਗੀ ਆ ਦੋ ਚੋਰ ਨਾਲ ਅੱਗਾ ਪਿਛਾ ਹੋ ਜਾਓ ਜੀ ਮੈਂ ਸੌਣ ਨਹੀਂ ਦਿੰਦਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਕੀ ਕਈ ਮਹੀਨੇ ਨੂੰ ਵੀਰ ਕਰਾਵੇ ਚੈੱਕ ਦੋਨ ਕਰਾਵੇ ਉਹ ਗਰੰਟੀ ਮੈਂ ਦਿੰਦਾ ਮੁੜ ਕੇ ਠੀਕ ਹੈ ਜੀ ਹਾਂਜੀ ਬਸ